ਬਾਰਿਸ਼ ਦੇ ਚੱਲਦਿਆਂ ਅੱਜ ਵਿਧਾਨ ਸਭਾ ਹਲਕਾ ਅਟਾਰੀ ਦੇ ਆਉਂਦੇ ਅਧੀਨ ਪਿੰਡ ਖੈਰਾਬਾਦ ਵਿੱਚ ਇੱਕ ਗਰੀਬ ਪਰਿਵਾਰ ਦਾ ਜੋ ਕੋਠਾ ਸੀ ਉਹ ਡਿੱਗ ਗਿਆ, ਜਿਹਦੇ ਵਿੱਚ ਬਹੁਤ ਹੀ ਦਰਦਨਾਕ ਦੋ ਬੱਚੇ ਸਨ ਜਿਨ੍ਹਾਂ ਦੇ ਵਿੱਚ ਗੰਭੀਰ ਜ਼ਖਮੀ ਹੋਏ ਔਰ ਉਹਨਾਂ 'ਚ ਇੱਕ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ ਹੈ, ਦੂਸਰਾ ਜੇਰੇ ਇਲਾਜ ਹਸਪਤਾਲ ਦੇ ਵਿੱਚ ਹੈ। ਇਸ ਸੰਬੰਧੀ ਅਸੀਂ ਅੱਜ ਪਿੰਡ ਖੈਰਾਬਾਦ ਵਿੱਚ ਮੌਕੇ 'ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਘਟਨਾ ਕਿਸ ਤਰ੍ਹਾਂ ਵਾਪਰੀ। ਸਾਡੇ ਨਾਲ ਮੌਜੂਦ ਨੇ ਪਿੰਡ ਖੈਰਾਬਾਦ ਤੋਂ ਸਾਬਕਾ ਪੰਚਾਇਤ ਮੈਂਬਰ, ਪਿੰਡ ਵਾਸੀ, ਆਪਣਾ ਨਾਮ ਬੋਲ ਕੇ ਦਿਲਬਾਗ ਸਿੰਘ। ਹੋਰ ਵਾਹਿਗੁਰੂ, ਬਹੁਤ ਹੀ ਮਤਲਬ ਗਈ, ਚਲੋ ਘਟਨਾ ਹੋਈ ਹੈ, ਚਲੋ ਚਾਹੀਦਾ ਨਹੀਂ ਲੱਗੇ, ਚਲੋ ਪਿੰਡ ਵਾਲਿਆਂ ਨੂੰ ਉਂਝ ਦਿੱਤਾ ਵਾ ਵੀ ਕੀ ਹਾਲ ਚਾਲ ਹੈ ਮਕਾਨ ਦਾ, ਇਹਨੂੰ ਚਾਹੀਦਾ ਸੁਧਰਨਾ ਪਾ ਦੇ, ਹੁਣ ਕੀ ਕਰ ਸਕਦੇ, ਜੋ ਅਗਲੇ ਦਾ ਨੁਕਸਾਨ ਹੋ ਗਿਆ, ਕਿੰਨਾ ਨੁਕਸਾਨ, ਬੇਟਾ ਇਸ ਤਰ੍ਹਾਂ ਧੂ ਗਈ। ਕਿੰਨੀ ਹੋਈ ਜੀ ਉਹਦੀ? ਦੂਸਰਾ ਜਿਹੜਾ ਜੇਰੇ ਇਲਾਜ ਆ ਉਹਦੀ ਕਿੰਨੀ ਉਮਰ ਆ? ਗੱਲ ਹੋਈ ਹੈ ਘਟਨਾ ਕਿਸ ਤਰ੍ਹਾਂ ਵਾਪਰੀ? ਅਸੀਂ ਭਾਈ ਇੱਥੇ ਅੰਦਰ ਬੈਠੇ ਨਾਲ ਹੀ ਆਪਣਾ ਘਰ ਆ, ਕਿੱਦਾਂ ਆਵਾਜ਼ ਆਈ ਆ ਗੜਮ ਕਰਕੇ, ਅਤੇ ਇੱਕਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਵਾ, ਕੱਚਾ ਕਮਰਾ ਸੀ, ਮਾੜਾ ਮੋਟਾ ਵਿਚਾਰੇ ਬਣਾ ਕੇ ਆਪ ਆਪਣਾ ਬੈਠੇ, ਅਤੇ ਥੱਲੇ ਬੱਚੇ, ਤਿੰਨ ਬੱਚੇ ਪਹਿਲਾਂ ਤਾਂ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ, ਜਿਹਨੇ ਡੈਥ ਹੋਈ ਆ ਉਹਨੂੰ ਕੱਢਿਆ, ਉਸ ਤੋਂ ਬਾਅਦ 'ਚ ਮੁੰਡੇ ਦੀ ਭੈਣ ਨੂੰ ਕੱਢਿਆ ਥੱਲਿਓਂ, ਅਤੇ ਜਦੋਂ ਮੁੜ ਕੇ ਮੁੰਡਾ ਕੱਢਿਆ ਥੱਲਿਓਂ, ਅਤੇ ਮੁੰਡਾ ਸਾ ਉਹ ਐਂ ਗੱਡ ਦੀ ਪੱਟੀ ਥੱਲੇ ਆਇਆ, ਅਤੇ ਮੁੰਡਾ ਖਤਮ ਹੋਇਆ ਪਿਆ ਉਹਦੇ ਥੱਲੇ। ਕਿੰਨੀ ਉਮਰ ਸੀ ਉਸ ਬੱਚੇ ਦੀ? 4-5 ਸਾਲ ਸਰ ਜੀ, ਛੋਟਾ ਬੱਚਾ ਜੀ। ਹੋਰ ਇੱਕ ਗੰਭੀਰ ਜ਼ਖਮੀ ਵੀ? ਹਾਂਜੀ ਹਾਂਜੀ, ਉਹਦੇ ਸੱਟਾਂ ਲੱਗੀਆਂ ਜੀ ਇਹ ਚੀਜ਼ 'ਤੇ, ਉਹਨੂੰ ਦੱਬ ਆਈ, ਉਹ ਦਾਖਲ, ਹੱਡੀ ਕਰੈਕ ਹੋ ਗਈ ਉਹਦੀ ਹੱਸ ਦੀ। ਬਾਰਿਸ਼ ਦੇ ਚੱਲਦਿਆਂ ਅੱਜ ਵਿਧਾਨ ਸਭਾ ਹਲਕਾ ਅਟਾਰੀ ਦੇ ਆਉਂਦੇ ਅਧੀਨ ਪਿੰਡ ਖੈਰਾਬਾਦ ਵਿੱਚ ਇੱਕ ਗਰੀਬ ਪਰਿਵਾਰ ਦਾ ਜੋ ਕੋਠਾ ਸੀ ਉਹ ਡਿੱਗ ਗਿਆ, ਜਿਹਦੇ ਵਿੱਚ ਬਹੁਤ ਹੀ ਦਰਦਨਾਕ ਦੋ ਬੱਚੇ ਸਨ ਜਿਨ੍ਹਾਂ ਦੇ ਵਿੱਚ ਗੰਭੀਰ ਜ਼ਖਮੀ ਹੋਏ ਔਰ ਉਹਨਾਂ 'ਚ ਇੱਕ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ ਹੈ, ਦੂਸਰਾ ਜੇਰੇ ਇਲਾਜ ਹਸਪਤਾਲ ਦੇ ਵਿੱਚ ਹੈ। ਇਸ ਸੰਬੰਧੀ ਅਸੀਂ ਅੱਜ ਪਿੰਡ ਖੈਰਾਬਾਦ ਵਿੱਚ ਮੌਕੇ 'ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਘਟਨਾ ਕਿਸ ਤਰ੍ਹਾਂ ਵਾਪਰੀ। ਸਾਡੇ ਨਾਲ ਮੌਜੂਦ ਨੇ ਪਿੰਡ ਖੈਰਾਬਾਦ ਤੋਂ ਸਾਬਕਾ ਪੰਚਾਇਤ ਮੈਂਬਰ, ਪਿੰਡ ਵਾਸੀ, ਆਪਣਾ ਨਾਮ ਬੋਲ ਕੇ ਦਿਲਬਾਗ ਸਿੰਘ। ਹੋਰ ਵਾਹਿਗੁਰੂ ਜੀ, ਬਹੁਤ ਹੀ ਮਤਲਬ ਗਈ, ਚਲੋ ਘਟਨਾ ਹੋਈ ਹੈ, ਚਲੋ ਚਾਹੀਦਾ ਨਹੀਂ ਲੱਗੇ, ਚਲੋ ਪਿੰਡ ਵਾਲਿਆਂ ਨੂੰ ਉਂਝ ਦਿੱਤਾ ਵਾ ਵੀ ਕੀ ਹਾਲ ਚਾਲ ਹੈ ਮਕਾਨ ਦਾ, ਇਹਨੂੰ ਚਾਹੀਦਾ ਸੁਧਰਨਾ ਪਾ ਦੇ, ਹੁਣ ਕੀ ਕਰ ਸਕਦੇ, ਜੋ ਅਗਲੇ ਦਾ ਨੁਕਸਾਨ ਹੋ ਗਿਆ, ਕਿੰਨਾ ਨੁਕਸਾਨ, ਬੇਟਾ ਇਸ ਤਰ੍ਹਾਂ ਧੂ ਗਈ। ਕਿੰਨੀ ਹੋਈ ਜੀ ਉਹਦੀ? 6-7 ਸਾਲ। ਦੂਸਰਾ ਜਿਹੜਾ ਜੇਰੇ ਇਲਾਜ ਆ ਉਹਦੀ ਕਿੰਨੀ ਉਮਰ ਆ? ਗੱਲ ਹੋਈ ਹੈ ਘਟਨਾ ਕਿਸ ਤਰ੍ਹਾਂ ਵਾਪਰੀ? ਅਸੀਂ ਭਾਈ ਇੱਥੇ ਅੰਦਰ ਬੈਠੇ ਨਾਲ ਹੀ ਆਪਣਾ ਘਰ ਆ, ਕਿੱਦਾਂ ਆਵਾਜ਼ ਆਈ ਆ ਗੜਮ ਕਰਕੇ, ਅਤੇ ਇੱਕਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਵਾ, ਕੱਚਾ ਕਮਰਾ ਸੀ, ਮਾੜਾ ਮੋਟਾ ਵਿਚਾਰੇ ਬਣਾ ਕੇ ਆਪ ਆਪਣਾ ਬੈਠੇ, ਅਤੇ ਥੱਲੇ ਬੱਚੇ, ਤਿੰਨ ਬੱਚੇ ਪਹਿਲਾਂ ਤਾਂ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ, ਜਿਹਨੇ ਡੈਥ ਹੋਈ ਆ ਉਹਨੂੰ ਕੱਢਿਆ, ਉਸ ਤੋਂ ਬਾਅਦ 'ਚ ਮੁੰਡੇ ਦੀ ਭੈਣ ਨੂੰ ਕੱਢਿਆ ਥੱਲਿਓਂ, ਅਤੇ ਜਦੋਂ ਮੁੜ ਕੇ ਮੁੰਡਾ ਕੱਢਿਆ ਥੱਲਿਓਂ, ਅਤੇ ਮੁੰਡਾ ਸਾ ਉਹ ਐਂ ਗੱਡ ਦੀ ਪੱਟੀ ਥੱਲੇ ਆਇਆ, ਅਤੇ ਮੁੰਡਾ ਖਤਮ ਹੋਇਆ ਪਿਆ ਉਹਦੇ ਥੱਲੇ। ਕਿੰਨੀ ਉਮਰ ਸੀ ਉਸ ਬੱਚੇ ਦੀ?
4-5 ਸਾਲ ਸਰੀ ਜੀ, ਛੋਟਾ ਬੱਚਾ ਜੀ। ਹੋਰ ਇੱਕ ਗੰਭੀਰ ਜ਼ਖਮੀ ਵੀ? ਹਾਂਜੀ ਹਾਂਜੀ, ਉਹਦੀਆਂ ਸੱਟਾਂ ਲੱਗੀਆਂ ਜੀ ਇਹ ਚੀਜ਼ 'ਤੇ, ਉਹਨੂੰ ਦੱਬ ਆਈ, ਉਹ ਦਾਖਲ, ਹੱਡੀ ਕਰੈਕ ਹੋ ਗਈ ਉਹਦੀ ਹੱਸ ਦੀ।